ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਪੰਜਾਬੀ ਡਿਸ਼ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ। ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਸ਼ਰੂਮ ਦੀ ਭੁਰਜੀ, ਖੁੰਬਾਂ ਦੀ ਭੁਰਜੀ ਬਣਾਉਣੀ ਅੱਜ ਆਪਾਂ, ਜਿਹੜੀ ਕਿ ਬਹੁਤ ਵਧੀਆ ਬਣਦੀ ਆ, ਬੜੀ ਟੇਸਟੀ ਹੁੰਦੀ ਆ, ਇਹ ਸਿਹਤ ਲਈ ਵੀ ਬਹੁਤ ਵਧੀਆ ਹੁੰਦੀ ਆ। ਅਤੇ ਮੈਂ ਇੱਕ ਪੈਕਟ ਖੁੰਬਾਂ ਦਾ ਲਿਆ ਸੀ, ਉਹਨੂੰ ਮੈਂ ਗਰਮ ਪਾਣੀ ਦੇ ਵਿੱਚ ਭੇਜ ਦਿੱਤਾ ਸੀ। ਪਹਿਲਾਂ ਮੈਂ ਵੈਸੇ ਧੋ ਲਈ ਹਾਂ, ਫਿਰ ਮੈਂ ਪਾਣੀ 'ਚ ਭੇਜ ਲਿਆ, ਉਹਦੇ ਕੋਲ ਕਾਲਾ ਕਾਲਾ ਇਹਨਾਂ ਦਾ, ਫਿਰ ਵੀ ਜਿਹੜਾ ਪਾਣੀ ਦਾ ਰੰਗ ਕਾਲਾ ਜਿਹਾ ਹੋ ਗਿਆ ਆ। ਅਤੇ ਗਰਮ ਪਾਣੀ ਜੇ ਮੈਂ ਭਿੰਦੀ ਹਾਂ, ਇੱਕ ਤਾਂ ਨਰਮ ਹੋ ਜਾਊਂਗੀਆਂ, ਦੂਸਰਾ ਜਿਹੜੀ ਇਹਨਾਂ ਦੇ ਉੱਤੇ ਥੋੜ੍ਹਾ ਧੂੜ ਮਿੱਟੀ ਹੁੰਦੀ ਆ ਉੱਤਰ ਜਾਂਦੀ ਆ। ਅਤੇ ਭੇ ਕੇ ਰੱਖਦੀਆਂ ਸੀ ਮੈਂ ਇਹ 10 ਕੁ ਮਿੰਟ। ਅਤੇ ਹੁਣ ਆਪਾਂ ਇਹਨਾਂ ਦੀ ਉੱਪਰਲੀ ਛਿੱਲ ਜਿਹੜੀ ਕਾਲੀ ਜਿਹੀ ਛਿੱਲ, ਉਹ ਆਪਾਂ ਲਾ ਦੇਣੀ ਆ। ਹੱਥ ਨਾਲ ਲਾ ਦਿਉ ਚਾਹੇ ਚਾਕੂ ਨਾਲ ਲਾ ਦਿਉ ਤੁਸੀਂ। ਅਤੇ ਉਹ ਜਿਹੜੀ ਕਾਲੀ ਜਿਹੀ ਇਹਦੀ ਛਿੱਲ ਉੱਪਰ ਥੋੜ੍ਹੀ ਜਿਹੀ ਗੰਦੀ ਹੋਈ ਉਹ ਆ, ਇਹਨੂੰ ਆਪਾਂ ਲਾ ਦਿੰਦੇ ਹਾਂ। ਅਤੇ ਫਿਰ ਆਪਾਂ ਇਹਨਾਂ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ, ਅਤੇ ਆਪਾਂ ਇਹਨਾਂ ਨੂੰ ਕੱਟ ਲੈਂਦੇ ਹਾਂ। ਅਤੇ ਮਸ਼ਰੂਮ ਦੀ ਭੁਰਜੀ ਬਹੁਤ ਵਧੀਆ ਬਣਦੀ ਹੈ ਜੀ। ਮਟਰ ਪਾਉਣੇ ਤਾਂ ਪਾ ਲਓ, ਨਹੀਂ ਪਾਉਣੇ ਨਾ ਪਾਓ। ਆਪਾਂ ਸੁੱਕੀ ਭੁਰਜੀ ਅੱਜ ਬਣਾਉਣੀ ਆ। ਇਸੇ ਤਰ੍ਹਾਂ ਆਪਾਂ ਸਾਰੀਆਂ ਖੁੰਬਾਂ ਨੂੰ ਛਿੱਲ ਕੇ ਰੱਖ ਲੈਣਾ। ਅਤੇ ਉੱਧਰ ਮੈਂ ਥੋੜ੍ਹਾ ਜਿਹਾ ਤੇਲ ਪਾ ਲਿਆ ਕੜਾਹੀ ਦੇ ਵਿੱਚ, ਅਤੇ ਇਹਦਾ ਤੜਕਾ ਤਿਆਰ ਕਰਦੇ ਹਾਂ। ਇਵੇਂ ਜੀਰਾ ਪਾ ਦਿੱਤਾ ਆ, ਅਤੇ ਥੋੜ੍ਹਾ ਜਿਹਾ ਆਪਾਂ ਸਾਬਤ ਧਨੀਆ ਪਾ ਦਿੱਤਾ ਆ, ਇਹ 2 ਮੈਂ ਜਿਹੜੀਆਂ ਲਾਲ ਮਿਰਚਾਂ ਸੁੱਕੀਆਂ ਪਾ ਦਿੱਤੀਆਂ ਆ। ਅਤੇ ਇਹਦੇ ਬਾਅਦ ਆਪਾਂ ਹੁਣ ਪਿਆਜ਼ ਪਾ ਦਿੰਦੇ ਹਾਂ ਜੀ। ਆਪਾਂ ਤੜਕਾ ਇਹਦਾ ਤਿਆਰ ਕਰਦੇ ਹਾਂ ਭੁੰਨ ਕੇ। ਅਤੇ ਸਬਜ਼ੀ ਬੜੀ ਟੇਸਟੀ ਬਣਦੀ ਹੈ, ਹੈਲਦੀ ਹੁੰਦੀ ਹੈ, ਸਿਹਤ ਲਈ ਬਹੁਤ ਵਧੀਆ ਹੁੰਦੀ ਹੈ ਇਹ। ਇਸ ਕਰਕੇ ਤੁਸੀਂ ਵੀ ਬਣਾਓ ਅਤੇ ਖਾਓ ਜੀ ਖੁੰਬਾਂ ਦੀ ਜਿਹੜੀ ਭੁਰਜੀ ਆ। ਅਤੇ ਇਹ ਮੈਂ ਪਿਆਜ਼ ਕੱਟੇ ਹੋਏ ਸੀ 2 ਸਾਫ, ਅਤੇ ਆਪਾਂ ਲੰਬੇ ਲੰਬੇ ਪਿਆਜ਼ ਕੱਟ ਲਏ ਆ। ਅਤੇ ਇਹਨਾਂ ਨੂੰ ਆਪਾਂ ਭੁੰਨਦੇ ਹਾਂ, ਅਤੇ ਫਿਰ ਇਹਦੇ ਵਿੱਚ ਟਮਾਟਰ, ਅਦਰਕ, ਲਸਣ ਦਾ ਪੇਸਟ, ਹਰੀ ਮਿਰਚ ਜੋ ਵੀ ਪਾਉਣਾ ਆਪਾਂ ਉਹ ਵੀ ਇਹ 'ਚ ਪਾਉਣੇ। ਪਿਆਜ਼ ਆਪਣੇ ਜਿਹੜੇ ਥੋੜ੍ਹੇ ਭੁੱਜ ਗਏ, ਜ਼ਿਆਦਾ ਨਹੀਂ ਭੁੰਨਣੇ ਆਪਾਂ, ਕਿਉਂਕਿ ਆਪਾਂ ਭੁਰਜੀ ਬਣਾਉਣੀ ਆ, ਇਸ ਕਰਕੇ ਆਪਾਂ ਥੋੜ੍ਹੇ ਭੁੰਨਣੇ ਆ ਪਿਆਜ਼। ਇਹ ਮੈਂ 2 ਟਮਾਟਰ ਕੱਟੇ ਹੋਏ ਸੀ, ਅਤੇ ਉਹ ਆਪਾਂ ਭੁੰਨ ਲੈਂਦੇ। 2 ਹਰੀਆਂ ਮਿਰਚਾਂ ਪਾਈਆਂ ਮੈਂ, 2 ਆਪਾਂ ਲਾਲ ਮਿਰਚਾਂ ਪਾਈਆਂ ਸੀ ਸਾਬਤੀਆਂ, ਅਤੇ ਉਹ ਤਾਂ ਸਾਬਤੀਆਂ ਰਹਿਣੀਆਂ, ਪਰ ਕਰਕਤਾਂ ਤਾਂ ਉਹਨਾਂ ਦੀ ਫਿਰ ਵੀ ਸਬਜ਼ੀ ਵਿੱਚ ਚਲੇ ਜਾਂਦੀ ਆ। ਅਤੇ 2 ਮੈਂ ਹਰੀਆਂ ਮਿਰਚਾਂ ਪਾਈਆਂ ਕੱਟ ਕੇ, ਅਤੇ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਭੁੰਨ ਲੈਂਦੇ ਹਾਂ। ਥੋੜ੍ਹੇ ਜਿਹੇ ਲਸਣ ਅਦਰਕ ਦਾ ਵਿੱਚ ਪੇਸਟ ਪਾ ਦਿੰਦੇ ਹਾਂ। ਜ਼ਿਆਦਾ ਆਪਾਂ ਇਹਨਾਂ ਨੂੰ ਜਿੱਦਾਂ ਆਪਾਂ ਤੜਕਾ ਚੰਗੀ ਤਰ੍ਹਾਂ ਭੁੰਨੀਦਾ ਉੱਦਾਂ ਨਹੀਂ ਆਪਾਂ ਭੁੰਨਣਾ, ਅਤੇ ਥੋੜ੍ਹੀਆਂ ਜਿਹੀਆਂ ਇਹ ਖੜਵੀਆਂ ਜਿਹੀਆਂ ਰੱਖਣੀਆਂ, ਪਿਆਜ਼ ਵੀ ਟਮਾਟਰ ਵੀ। ਹਲੋ ਜੀ, ਆਪਣਾ ਜਿਹੜਾ ਤੜਕਾ ਜਿੱਦਾਂ ਦਾ ਆਪਾਂ ਚਾਹੀਦਾ ਸੀ ਆਪਾਂ ਤਿਆਰ ਕਰ ਲਿਆ ਆ। ਅਤੇ ਹੁਣ ਇਹਦੇ ਵਿੱਚ ਆਪਾਂ ਹਲਦੀ, ਲੂਣ, ਮਿਰਚ ਜੋ ਵੀ ਹੈਗਾ ਆਪਾਂ ਪਾ ਦਿੰਦੇ ਹਾਂ। ਦੂਜੇ ਪਾਸੇ ਜਦੋਂ ਤੱਕ ਇਹ ਤਿਆਰ ਹੁੰਦਾ ਸੀ, ਮੈਂ ਛਿੱਲ ਕੇ ਜਿਹੜੀਆਂ ਖੁੰਬਾਂ ਸੀਗੀਆਂ ਸਾਰੀਆਂ ਉਹਨਾਂ ਨੂੰ ਕੱਟ ਕੇ ਰੱਖ ਲਿਆ। ਅਤੇ ਇਵੇਂ ਪਾਇਆ ਧਨੀਆ ਪਾਊਡਰ, ਜੀਰਾ ਪਾਊਡਰ ਥੋੜ੍ਹਾ ਥੋੜ੍ਹਾ ਪਾਇਆ ਮੈਂ, ਅੱਧੇ ਚਮਚੇ ਨਾਲੋਂ ਘੱਟ। ਅਤੇ ਆਹ ਪਾਈ ਆ ਕਸ਼ਮੀਰੀ ਲਾਲ ਮਿਰਚ, ਅਤੇ ਹਲਦੀ ਪਾ ਦਿੱਤੀ ਹੈ, ਨਮਕ ਪਾ ਦਿੰਦੇ ਹਾਂ। ਅਤੇ ਜਿੰਨੀ ਕੁ ਮੇਰੀ ਸਬਜ਼ੀ ਉਸ ਹਿਸਾਬ ਨਾਲ ਮੈਂ ਪਾਉਣਾ, ਤੁਸੀਂ ਆਪਣੀ ਸਬਜ਼ੀ ਦੇ ਹਿਸਾਬ ਨਾਲ ਪਾਓ ਜੀ। ਇਹਨੂੰ ਆਪਾਂ ਮਿਕਸ ਕਰ ਦਿੰਦੇ ਜਿਹੜੀ ਕਿ ਮਸਾਲੇ ਨੂੰ ਭੁੰਨ ਲੈਂਦੇ ਹਾਂ। ਅਤੇ ਬਹੁਤ ਵਧੀਆ, ਬੜੀ ਟੇਸਟੀ ਬਣਦੀ ਹੈ ਜੀ ਸਬਜ਼ੀ। ਅਗਰ ਸਾਡੀ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਤਾਂ ਪਲੀਜ਼ ਇਹਨੂੰ ਲਾਈਕ, ਸ਼ੇਅਰ, ਕਮੈਂਟ ਕਰ ਦਿਆ ਕਰੋ। ਨਵੇਂ ਵਿਊਵਰ ਜਿਹੜੇ ਜੁੜਦੇ ਆ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ, ਸ਼ੇਅਰ ਕਰੋ ਵੀਡੀਓ ਨੂੰ, ਲਾਈਕ ਕਰ ਦਿਓ, ਕਮੈਂਟ ਕਰਕੇ ਦੱਸ ਦਿਆ ਕਰੋ ਡਿਸ਼ ਕਿੱਦਾਂ ਦੀ ਲੱਗੀ, ਵੀਡੀਓ ਕਿੱਦਾਂ ਦੀ ਲੱਗੀ ਹੈ ਤੁਹਾਨੂੰ। ਅਤੇ ਲਓ ਜੀ, ਮੈਂ ਜਿਹੜੀਆਂ ਖੁੰਬਾਂ ਸੀ ਉਹਨਾਂ ਨੂੰ ਕੱਟ ਕੇ ਰੱਖ ਲਿਆ ਸੀ, ਅਤੇ ਆਪਾਂ ਉਹ ਰਲਾ ਦਿੱਤੀਆਂ ਆ। ਪਾਣੀ ਇਹ 'ਚ ਬਿਲਕੁਲ ਨਹੀਂ ਪਾਉਣਾ, ਖੁੰਬਾਂ ਦੇ ਵਿੱਚੋਂ ਆਪੇ ਪਾਣੀ ਨਿਕਲ ਆਉਣਾ ਆ। ਅਤੇ ਪਹਿਲਾਂ ਵੀ ਆਪਾਂ ਪਾਣੀ 'ਚ ਪਹਿਲਾਂ ਭੇ ਕੇ ਰੱਖੀਆਂ ਸੀਗੀਆਂ, ਇਸ ਕਰਕੇ ਪਾਣੀ ਬਿਲਕੁਲ ਨਹੀਂ ਇਹ 'ਚ ਪਾਉਣਾ। ਅਤੇ ਦੂਜੀ ਵਾਰੀ ਮੈਂ ਸਬਜ਼ੀ ਦੇਖ ਲਈ ਸੀਗੀ, ਪਹਿਲਾਂ ਮੈਂ ਰਲਾ ਕੇ ਢੱਕਤੀ ਸੀ, ਫਿਰ ਦੇਖ ਲਈ ਆ ਸਬਜ਼ੀ ਆਪਣੀ ਜਿਹੜੀ ਪੱਕ ਗਈ ਹੈ ਬਿਲਕੁਲ, ਭੁਰਜੀ ਆਪਣੀ ਤਿਆਰ ਹੋ ਗਈ ਆ।
ਅਤੇ ਹੁਣ ਆਪਾਂ ਇਹਨੂੰ ਮੈਂ ਇਹਦੇ ਵਿੱਚ ਥੋੜ੍ਹਾ ਜਿਹਾ ਮਸਾਲਾ ਪਾ ਦਿੱਤਾ ਆ, ਗਰਮ ਮਸਾਲਾ ਅਤੇ ਧਨੀਆ ਪਾ ਦਿੰਦੇ ਹਾਂ। ਫਿਰ ਮੈਂ ਇੱਕ ਪਲੇਟ ਵਿੱਚ ਤੁਹਾਨੂੰ ਕੱਢ ਕੇ ਦਿਖਾਲਦੀ ਹਾਂ। ਸਬਜ਼ੀ ਬਹੁਤ ਵਧੀਆ ਬਣੀ ਆ, ਸਮੈਲ ਬਹੁਤ ਵਧੀਆ ਆਉਂਦੀ ਜੀ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਡੇ ਚੈਨਲ ਨੂੰ ਸਪੋਰਟ ਕਰੋ ਜੀ, ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਆ ਜੀ। ਤੁਹਾਡੇ ਇਹ ਸਪੋਰਟ ਦੇ ਨਾਲ ਸਾਡਾ ਜਿਹੜਾ ਹੌਸਲਾ ਵੱਧ ਜਾਂਦਾ ਆ। ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਕਮੈਂਟ ਕਰਕੇ ਦੱਸ ਦਿਆ ਕਰੋ ਕਿੱਦਾਂ ਦੀ ਲੱਗੀ ਆ ਵੀਡੀਓ। ਲਓ ਜੀ, ਭੁਰਜੀ ਆਪਣੀ ਜਿਹੜੀ ਬਣ ਕੇ ਤਿਆਰ ਹੋ ਗਈ ਆ, ਅਤੇ ਇਹਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਕੇ ਤੁਹਾਨੂੰ ਦਿਖਾਲਦੇ ਹਾਂ। ਤੁਸੀਂ ਵੀ ਬਣਾਓ ਜੀ, ਖੁੰਬਾਂ ਦੀ ਮਸ਼ਰੂਮ ਦੀ ਭੁਰਜੀ ਜਿਹੜੀ ਬਣਾ ਕੇ ਖਾਓ ਜੀ। ਟੇਸਟੀ ਹੁੰਦੀ, ਹੈਲਦੀ ਹੁੰਦੀ ਹੈ, ਬਹੁਤ ਵਧੀਆ ਬਣਦੀ ਹੈ ਇਹ। ਅਤੇ ਆਲੋ ਆਪਾਂ ਇੱਕ ਪਲੇਟ ਦੇ ਵਿੱਚ ਤੁਹਾਨੂੰ ਕੱਢ ਕੇ ਦਿਖਾਲ ਦਿੱਤੀ ਹੈ ਜੀ। ਹਰਾ ਧਨੀਆ ਪਾਇਆ ਉੱਪਰ, ਬਹੁਤ ਵਧੀਆ ਆਪਣੀ ਬਹੁਤ ਸੋਹਣੀ ਭੁਰਜੀ ਬਣ ਕੇ ਤਿਆਰ ਹੋਈ ਆ। ਜਿੰਨੀ ਸੋਹਣੀ ਉਨੀ ਟੇਸਟੀ ਹੈ ਇਹ, ਅਤੇ ਤੁਸੀਂ ਵੀ ਬਣਾਓ ਅਤੇ ਖਾਓ ਜੀ। ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਪੋਰਟ ਕਰੋ ਸਾਡੇ ਚੈਨਲ ਨੂੰ ਜੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।